ਹਾਂਜੀ, ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮ ਟੀ ਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਇਹਨੂੰ ਜੈਤੋ ਪੈਂਦੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145401968। ਜਿਹੜੇ ਭੈਣ ਭਰਾਵਾਂ ਨੇ ਐਮ ਟੀ ਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸੋਹਣੀਆਂ 3 ਜਰਸੀ ਵਹਿੜਾਂ ਵਿਖਾਉਣੀਆਂ, ਇੱਕ ਤਾਜ਼ੀ ਸੂਈ ਸਵਾਈ ਹੈ ਅਤੇ 2 ਸੂਨ ਨੂੰ ਤਿਆਰ ਹੈ। ਇਨਫੋਰਮੇਸ਼ਨ ਲੈ ਦੇਣਾ, ਆਓ ਕਰਦੇ ਗੱਲਬਾਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇਰੇ? ਨਾਮ ਸੇਵਕ ਸਿੰਘ, ਪਿੰਡ ਰਣ ਸਿੰਘ ਵਾਲਾ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ। ਫੋਨ ਨੰਬਰ ਦੱਸ ਦੀ? 9814104404। 3 ਪਸ਼ੂ ਸੇਵਕ? ਹਾਂਜੀ, ਅੱਜ 3 ਹੈ। ਸੂਈ ਸਵਾਈ ਤੋਂ ਸ਼ੁਰੂ ਕਰ ਲਈ ਕਹਿੰਦਾ ਵਾ ਸੂਆ? ਇਹ ਦੂਜਾ ਸੂਆ ਸੂਈ ਜਾ। ਸੂਈ ਨੂੰ ਸਮਾਂ? ਇਹਨੂੰ 4-5 ਦਿਨ ਹੋ ਗਏ। ਕਿੰਨਾ ਕਹੂ ਇਸ ਟਾਈਮ ਦੁੱਧ ਬਾਈ? ਜੇ ਭਾਂਡੇ ਦੇ ਹਿਸਾਬ ਨਾਲ ਦੇਖੀ ਤਾਂ ਵੈੜ 18-20 ਕਿਲੋ ਪੈ ਦੂਗੀ, ਆਪਾਂ 16-17 ਕਿਲੋ ਪਾਵਾਂਗੇ। ਠੀਕ ਹੈ। ਹਾਂ, ਆਪਣੇ ਕੋਲ ਤਾਂ ਰਾਤ ਹੀ ਆਈ ਹੈ ਵੈੜ। ਠੀਕ ਹੈ। ਹਾਂਜੀ ਹਾਂਜੀ। ਜੈਜ ਜੈ ਮੁੱਲ ਪਹਿਲਾਂ ਹੀ ਦੱਸ ਦੇ। ਮੁੱਲ ਜੈਜ 58,000 ਦੀ ਵੈੜ ਦੇ ਦਾਂਗੇ ਕਦੀਰ। ਹਾਂ ਦੋਸਤੋ, 1 ਨੰਬਰ ਦੂਜੇ ਸੂਹੇ ਸੂਈ ਹੈ। ਵੀਰ ਕਹਿੰਦਾ ਆਪਣੇ ਕੋਲ ਰਾਤ ਹੀ ਆਈ ਹੈ, 4 ਦਿਨਾਂ ਦੀ ਸੂਈ ਹੈ। ਹਵਾਨੇ ਦੇ ਹਿਸਾਬ ਨਾਲ ਤਾਂ ਵੀਰ ਕਹਿੰਦਾ ਲੱਗਦਾ ਕਿ 18-20 ਕਿਲੋ ਦੁੱਧ ਪਿਆਜੂ, ਪਰ 16-17 ਕਿਲੋ ਦੁੱਧ ਦੀ ਵੀਰ ਕਹਿੰਦਾ ਮੇਰੀ ਗਰੰਟੀ ਹੈ। ਮਗਰੇ ਦੇ ਵੱਛਾ, ਤਾਜ਼ੀ ਸੂਈ ਸਵਾਈ ਹੈ, ਜਰਸੀ ਨਸਲ ਦੀ, ਫੁੱਲ ਜਾਤ ਵਾਲੀ ਵੱਛੀ, ਕੱਦ ਕਾਠ ਵਾਲੀ ਹੈ, ਕੋਈ ਨਿੱਕੀ ਮਰੀ ਹੰਬੀ ਜੀ ਨਹੀਂ, ਜਰਸੀਆਂ ਦੇ ਮੁਕਾਬਲੇ ਪੂਰਾ ਕੱਦ ਕਾਠ ਹੈ, ਸੀਲ ਸਾਊ ਪੂਰੀ ਹੈ। ਹਾਂ ਤੁਸੀਂ ਵੇਖ ਲਓ, ਸੋਹਣੇ ਥਾਂ ਨਾ ਹੱਦੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ, ਗਾੜੀ 'ਚ ਵੀ ਦੁੱਧ ਚੰਗਾ, ਉਹ ਮੂਹਰਲੇ ਥਾਂ ਤੋਂ ਫਟਾਂਗੂ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ। ਦੂਜਾ ਸੂਆ ਫੁੱਲ ਜਾਤ ਬਰੀਡ ਵਾਲੀ, ਤਾਜ਼ੀ ਸੂਆ ਵੀ, ਤਾਜ਼ੀ ਸੂਈ ਸਵਾਈ ਜਰਸੀ, ਮਗਰ ਮੇਲ ਕਾਫ ਬਛੜਾ। ਸ਼ਾਮ ਤੱਕ ਹਵਾਨਾ ਦੁੱਧ ਨਾਲ ਭਰ ਲੈਣਾ। ਵੀਡੀਓ ਬਣਾਉਣ ਦਾ ਸਮਾਂ 9:30-9:30 ਵਜੇ ਦਾ। ਠੀਕ ਹੈ ਦੋਸਤੋ, ਬਾਈ ਕਹਿੰਦਾ ਸ਼ਾਮ ਤੱਕ ਲੇਵਾ ਤਾਂ ਫੁੱਲ ਹੀ ਭਰ ਲੈਂਦੀ ਹੈ, ਬਾਕੀ ਸੂਈ ਸਵਾਈ ਆ, ਚੋ ਕੇ ਲੈ ਜਾਓ ਭਾਵਾਂ, 4 ਥਣਾਂ ਦਾ ਸੇਮ ਹੀ ਸਾਈਜ਼ ਹੈ। ਮੁੱਲ ਕਿੰਨਾ ਇਹਦਾ? ਮੁੱਲ 60-62,000 ਵੀਰ ਕਹਿੰਦਾ, ਜਿੰਨਾ ਮਰਜ਼ੀ ਕਰਾ ਲਓ, 58,000 ਦੀ ਦੇ ਦੂੰ, ਵਿੱਚੋਂ ਛੋੜ ਛਾਪਾ ਮਾਣ ਤਾਣ ਹੋਜੂ, ਬਿਲਕੁਲ ਜਾਇਜ਼ ਜੀ ਡਿਮਾਂਡ ਹੈ। 16-17 ਕਿਲੋ ਵੀਰ ਦੱਸਦਾ ਖੁੱਲ੍ਹਾ ਦੁੱਧ ਪਿਆਜੂ, ਹਵਾਨੇ ਦੇ ਹਿਸਾਬ ਨਾਲ ਲੱਗਦਾ 18-20 ਕਿਲੋ ਪਿਆਜੂ, ਪਰ ਤੁਸੀਂ 16-17 ਕਿਲੋ ਮੰਨ ਕੇ ਆਇਓ, ਇਹਨਾਂ ਖੁੱਲ੍ਹਾ ਦੁੱਧ ਪਿਆਜੂ, ਬਾਕੀ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ। 16-17 ਕਿਲੋ ਦੁੱਧ ਵਾਲੀ ਮੱਝ ਲੈਂਦੇ ਹਾਂ, ਘੱਟੋ ਘੱਟ ਪਹਿਲੀ ਗੱਲ ਤਾਂ ਛੇਤੀ ਮਿਲਣੀ ਨਹੀਂ, ਜੇ ਮਿਲੀ 1.25 ਲੱਖ ਤੋਂ ਬਾਹਰ ਮਿਲੂਗੀ। ਪਹਿਲੀ ਗੱਲ ਤਾਂ 1.25 ਲੱਖ ਦੀ ਕਿਸੇ ਨੇ 16-17 ਕਿਲੋ ਦੁੱਧ ਵਾਲੀ ਮੱਝ ਹੀ ਨਹੀਂ ਦੇਣੀ, ਉਹ ਹਿਸਾਬ ਨਾਲ ਇਹਦਾ ਮੁੱਲ ਅੱਧਾ। 2 ਨੰਬਰ 'ਤੇ ਆ ਜਾਈਏ, ਇਹ ਪਹਿਲਾ ਸੂਆ ਪਲੂਣ ਵੱਛੀ ਹੁੰਦੀ ਆ ਬਈ। ਕਿੰਨੇ ਕੁ ਦਿਨ ਲੈ ਜੂ? 4 ਦਿਨ ਦਾ। ਚੌਗੀ? ਹਾਂਜੀ ਹਾਂਜੀ, ਕੱਦ ਕਾਠ ਵਾਲੀ ਵੱਛੀ ਆ, ਬਾਕੀ ਠੰਡੀ ਸੀ ਲਾ ਲੈ ਜੂਗੀ ਭਾਈ, 5-7 ਦਿਨ ਹੀ ਲਊਗੀ, ਬਾਹਲੇ ਨਹੀਂ ਲੈਂਦੀ ਜੀ। ਠੀਕ ਹੈ, ਸਭ ਪੂਰੀ ਆ ਜੀ, ਯਕੀਨਾ ਹੀ ਹੈ ਤਾਂ। ਕਿੰਨਾ ਕੁ ਦੁੱਧ ਪਿਆਜੂ ਤੇਰੇ ਹਿਸਾਬ ਨਾਲ? ਬਈ 20 ਕਿਲੋ ਨੂੰ ਜਾਊਗੀ ਵੱਛੀ, ਹਜੇ ਤਾਂ ਕੱਚੀ ਆ, ਭਰਨਾ ਬਹੁਤ ਆ। ਜੈਜ ਜੈ ਮੁੱਲ ਇਹਦਾ ਵੀ 56,000 ਦੀ ਵੜ ਦੇ ਲਾ, ਕੱਢੀਏ ਬਾਹਰ। ਆ ਦੋਸਤੋ, 2 ਨੰਬਰ ਜਰਸੀ ਪਹਿਲਾ ਸੂਆ, ਮੂੰਹ ਤੋਂ 4 ਦੰਦ, ਕੱਦ ਕਾਠ ਵੱਡਾ ਹੀ ਹੈ, ਹਜੇ 5-6 ਦਿਨ ਵੀਰ ਦੱਸਦਾ ਡੇਟ ਮੁਤਾਬਕ ਕੱਚੀ ਹੈ, 20 ਕਿਲੋ ਵਾਂਗੂ ਵੀਰ ਦੱਸਦਾ ਦੁੱਧ ਪਿਆਜੂ, ਜਰਸੀ ਨਸਲ ਦੀ, ਪਹਿਲਾ ਸੂਆ ਪਲੂਣ ਵੱਛੀ, ਮੂੰਹ ਤੋਂ 4 ਦੰਦ।
ਦੋਸਤੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸੀਲ ਸਾਊ ਪੂਰੀ ਹੈ, ਜਰਸਿਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਕਾਠ ਹੈ, ਨਵਾਂ ਹਾਣ ਵੱਛੀ, ਚਾਰ ਦੰਦ, ਚੌਗੀ ਵਹਿੜ। ਬਾਕੀ ਖਾਸ ਗੱਲ ਕਿ ਸੀਲ ਸਾਊ ਵੀ ਕਰਮ ਵਾਲੀਆਂ ਫੁੱਲ ਹੀ ਹੁੰਦੀਆਂ, ਦੁੱਧ ਮੱਝਾਂ ਵਰਗਾ ਹੁੰਦਾ, ਸੀਲ ਸਾਊ ਫੁੱਲ ਹੀ ਹੁੰਦੀਆਂ, ਬੱਕਰੀਆਂ ਵਰਗੀਆਂ ਹੀ ਹੁੰਦੀਆਂ, ਭਾਵਾਂ ਜਵਾਕ ਚੋਲਣ, ਬੰਦੇ ਚੋਲਣ, ਬੁੜੀਆਂ ਚੋਲਣ, ਨਿਆਣਾ ਲਾਉਣਾ ਤਾਂ ਅਗਲਾ ਲਾ ਲਏ, ਨਹੀਂ ਤਾਂ ਵੀ ਕੋਈ ਚੱਕਰ ਨਹੀਂ, ਇਹਨਾਂ ਨੂੰ ਬੱਚਾ ਛੱਡਣਾ ਤਾਂ ਛੱਡ ਲਓ, ਭਾਵਾਂ ਬੱਚੇ ਨੂੰ ਅੱਡ ਬੱਠਲ 'ਚ ਦੁੱਧ ਪਿਆ ਦਿਓ, ਸਿੱਧੀ ਚਵਾਈ ਕਰ ਲਓ, ਤਾਂ ਵੀ ਕਰਮ ਵਾਲੀਆਂ ਲੱਤ ਵੀ ਨਹੀਂ ਝਾਕਦੀਆਂ। ਇਹ 20 ਕਿਲੋ ਦੁੱਧ ਪਿਆ ਜੂ, ਮੁੱਲ 56,000, ਥਣ ਸੋਹਣੇ ਆ, ਗੈਪ 'ਚ ਲੱਗੇ ਹੋਏ ਆ, 5-6 ਦਿਨ ਲੈ ਜੂ, ਵਜਨ ਬਹੁਤ ਹੈ, ਕੱਦ ਵੱਡਾ ਹੀ ਹੈ, ਜਿੱਦਣ ਤਿਆਰ ਹੋ ਜਾਂਦੀ ਹੈ ਸੋਹਣਾ ਬਲੈਤਨ ਵਿਹੜਾ ਵਰਗਾ ਹਵਾਨਾ ਤਿਆਰ ਕਰਕੇ ਸੋਹਣਾ। ਹਾਂ ਦੋਸਤੋ, ਮੂਹਰਲੇ ਥਾਂ ਤੋਂ ਓਨਾ ਹੀ ਹਵਾਨਾ, ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਓਨਾ ਹੀ ਬੈਕ ਨੂੰ ਪੱਟਾਂ ਤੋਂ ਪਿੱਛੇ ਆਟਮਾ ਹਵਾਨਾ। 20 ਕਿਲੋ ਖੁੱਲ੍ਹਾ ਦੁੱਧ ਪਿਆ ਜੂ, ਵੀਰ ਕਹਿੰਦਾ ਮੂੰਹ ਤੋਂ 4 ਦੰਦ 56,000 ਦੀ ਦੇ ਦੇਣੀ ਆ, ਤੇ ਇੱਕ ਇੱਧਰ ਖੜੀ ਹੈ ਕਹਿੰਦਾ ਮੈਂ ਸੂਆ, ਇਹਦਾ ਦੂਜਾ ਸੂਆ ਕਿੰਨੇ ਕੁ ਦਿਨ ਲੈ ਜੂ? ਇਹ ਵੀ ਬਸ ਤਿਆਰ ਹੀ ਆ, ਰਾਤ ਨੂੰ ਸੂਬੇ ਸੁਬਾ ਸੂਬੇ ਬਈ ਤਿਆਰ ਹੀ ਆ। ਠੀਕ ਹੈ, ਹਾਂਜੀ, ਕਿੰਨਾ ਕੁ ਦੁੱਧ ਦੇ ਜੂ? ਦੁੱਧ ਪਾ ਦੂਗੀ ਬਈ 12 ਦਿਨ, ਜੈਜਾ ਮੁੱਲ ਲੈਣ ਦੇਣ ਵਾਲਾ ਜੀ, ਦੋਸਤੋ। 3 ਨੰਬਰ ਤੇ ਲਾਸਟ ਜਰਸੀ ਵੀਰ ਕਹਿੰਦਾ ਸੂਨ ਨੂੰ ਤਿਆਰ ਹੀ ਹੈ, 12-13 ਕਿਲੋ ਦੁੱਧ ਪਿਆ ਜੂ, 38,500 ਦੀ ਦੇ ਦੇਣੀ ਹੈ। ਯੇ ਸਨੋਈ ਆ, ਛੋਟ ਵਿੱਚੋਂ ਹੋ ਜੂ, ਥੋੜ੍ਹਾ ਤੁਹਾਨੂੰ ਵੀ ਪਤਾ ਥੋੜ੍ਹਾ ਥੋੜ੍ਹਾ, ਚਲੋ ਸਾਰੇ ਨਗਾਂ 'ਚ ਹੀ ਹੋ ਜਾਂਦਾ, ਥਣ ਬਹੁਤ ਚੰਗਾ, ਮੱਝ ਵਾਲਾ ਮੋਟਾ, ਹੱਦੀ ਚਵਾਈ ਵਾਲਾ, ਜਾਨ ਵਾਲਾ ਥਣ ਹੈ, ਗੁਲਾਬੀ ਥਣ। ਸੂਨ ਨੂੰ ਤਿਆਰ ਹੋ ਸਕਦਾ 2 ਘੰਟਿਆਂ ਨੂੰ ਸੂਪੇ, ਹੋ ਸਕਦਾ ਰਾਤ ਨੂੰ ਸੂਪੇ, ਹੋ ਸਕਦਾ ਜਦੋਂ ਨੂੰ ਵੀਡੀਓ ਅਪਲੋਡ ਹੋਣੀ ਹੈ ਤਾਂ ਤੁਸੀਂ ਵੀਰ ਨੂੰ ਪੁੱਛਣਾ ਤੇ ਵੀਰ ਕਹਿ ਦੇ ਵਹਿੜ ਦਾ ਸੂਪ ਹੀ। ਵੀਰ ਕਹਿੰਦਾ ਸੂਨ ਨੂੰ ਤਿਆਰ ਹੈ, 38,500 ਦੀ ਦੇ ਦੇਣੀ, ਕੋਈ 12-13 ਕਿਲੋ ਦੁੱਧ ਪਿਆ ਜੂ, ਹਵਾਨਾ ਸੋਹਣਾ ਠੋਸ ਨਿੱਗਰ ਆ। ਬਾਕੀ ਹਲਕੀ ਜੀ ਸਾਈਡਾਂ 'ਚ ਵਲ ਢਿੱਲ ਹੈਗੀ ਆ, ਇੰਨੀ ਕੁ ਵਲ ਢਿੱਲ ਤਾਂ ਕਰਮ ਵਾਲੀਆਂ ਸੂਦੀਆਂ ਸੂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ। ਮੂੰਹ ਮੱਥੇ ਦੀ ਸੋਹਣੀ ਆ, ਜਾਦ ਬਰੀਡ ਬਹੁਤ ਹੈ, ਛੋਟਾ ਕੰਨ, ਬੋਦੀ ਵਾਲੀ ਵੱਛੀ, ਬਦਾਮੀ ਰੰਗ ਦੀ, 38,500 ਦੀ ਦੇ ਦੇਣੀ, ਵਿੱਚੋਂ ਕੋਈ ਥੋੜ੍ਹਾ ਘਣਾ ਮਾਣ ਛੋਟ ਛੱਪਾ ਵੀਰ ਕਰ ਦੂਗਾ, ਹਵਾਨਾ ਸੋਹਣਾ, ਫੁੱਟਬਾਲ ਦੀ ਨਿਗਰ ਹਵਾਨਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਵੀਰ ਦੇ 3 ਨਾਗ, ਪਹਿਲੀਆਂ 2 ਜਰਸੀਆਂ ਫੁੱਲ ਚੰਗੀਆਂ, ਵੱਡੇ ਕੱਦ ਕਾਠ ਵਾਲੀਆਂ, ਜੇ ਕੋਈ ਤਾਜ਼ੀ ਸੂਈ ਸਵਾਈ ਲੈਣ ਦਾ ਚਾਹਵਾਣਾ ਦੁੱਧ ਤਾਂ ਵੀਰ ਕਹਿੰਦਾ 1 ਨੰਬਰ 18-20 ਕਿਲੋ ਪਿਆ ਜੂ, ਪਰ 16-17 ਕਿਲੋ ਮੰਨ ਕੇ ਅਗਲਾ ਜੀ, ਇੱਥੇ ਤਾਂ ਖੁੱਲ੍ਹਾ ਪਿਆ ਜੂਗੀ, ਮੁੱਲ ਜਾਇਜ਼ ਆ। ਕਿੰਨਾ ਮੁੱਲ 1 ਨੰਬਰ ਦਾ? 58,000। 2 ਨੰਬਰ ਵੀਰ ਕਹਿੰਦਾ 56,000 ਦੀ ਦੇ ਦੇਣੀ ਆ, 20 ਕਿਲੋ ਦੁੱਧ ਪਿਆ ਜੂ, 5-6 ਦਿਨ ਲੈ ਜੂ। 3 ਨੰਬਰ 38,500 ਦੀ ਹੈ, 3 ਜਰਸੀਆਂ ਬਿਲਕੁਲ ਜਾਇਜ਼ ਜੀ, ਡਿਮਾਂਡ ਦੀਆਂ। ਫੋਨ ਨੰਬਰ ਸਕਰੀਨ 'ਤੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।